ਖੂਬਸੂਰਤੀ ਆ, ਵੋਟ ਪਾਉਣ ਲਈ ਪਹੁੰਚੋ, ਆਮ ਲੋਕਾਂ ਵਾਂਗ ਕਤਾਰਾਂ 'ਚ ਖੜ ਕੇ ਸੁੱਖੀ ਹੋ। ਇੱਕ ਤਾਂ ਯਾਰ ਇਹ ਆਮ ਲੋਕ ਖਾਸ ਲੋਕ ਕੁਛ ਨਹੀਂ ਹੁੰਦੇ, ਜਦੋਂ ਇਹ ਫੈਸਟੀਵਲ ਹੁੰਦਾ ਡੈਮੋਕ੍ਰੇਸੀ ਦਾ ਸਾਰੇ ਹੀ ਵੋਟਰ ਹੁੰਦੇ ਆ, ਔਰ ਸਭ ਦੀ ਇੱਕ ਵੋਟ ਹੁੰਦੀ ਹੈ, ਉਹ ਆਪਣੇ ਵੋਟ ਦਾ ਅਧਿਕਾਰ ਵਰਤਦਾ ਆ। ਇੱਥੇ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਵੀ ਅੱਜ ਦੇ ਦਿਨ ਵੱਧ ਤੋਂ ਵੱਧ ਲੋਕ ਪਾਰਟੀਸਪੇਟ ਕਰਨ, ਵੋਟ ਡਾਲਣ ਆਉਣ ਬਾਹਰ, ਚਾਹੇ ਗਰਮੀ ਜ਼ਿਆਦਾ ਹੈ, ਪਰ 5 ਸਾਲ ਲਈ ਤੁਸੀਂ ਆਪਣਾ ਭਵਿੱਖ ਇਹੋ ਜਿਹੀ ਸਰਕਾਰ ਚੁਣਨੀ ਹੁੰਦੀ ਹੈ ਜਿਹਦੇ ਨਾਲ ਤੁਹਾਡਾ ਔਰ ਤੁਹਾਡੇ ਬੱਚਿਆਂ ਦਾ ਭਵਿੱਖ ਜੁੜਿਆ ਹੁੰਦਾ, ਸਾਡੇ ਸਮਾਜ ਦਾ ਭਵਿੱਖ ਜੁੜਿਆ ਹੁੰਦਾ, ਸੁਸਾਇਟੀ ਕਿਸ ਤਰੀਕੇ ਮੂਵ ਕਰੇ, ਮੁਲਕ ਦੀਆਂ ਪੋਲਿਸੀਜ਼ ਕਿਹੋ ਜਿਹੀਆਂ ਹੋਣ, ਅਤੇ ਉਹਦੇ ਵਾਸਤੇ ਥੋੜ੍ਹੀ ਬਹੁਤ ਮੁਸ਼ਕਿਲ ਸਹਿ ਲੈਣੀ ਚਾਹੀਦੀ ਹੈ, ਔਰ ਅੱਜ ਸਭ ਨੂੰ ਵੱਧ ਤੋਂ ਵੱਧ ਪਾਰਟੀਸਪੇਟ ਕਰਨਾ ਚਾਹੀਦਾ। ਇੱਕ ਸਰਕਾਰ ਰਾਤ ਦਾ ਵੀ ਇੱਕ ਐਪੀਸੋਡ ਹੋਇਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਬੜਾ ਮੰਦਭਾਗਿਆ ਜੀ, ਜਿਵੇਂ ਪਤਾ ਚੱਲਿਆ ਅਸੀਂ ਵੀ ਉੱਥੇ ਸੀਗੇ, ਪ੍ਰਸ਼ਾਸਨ ਵੀ ਕਾਫੀ ਦੇਰ ਬਾਅਦ ਐਕਟਿਵ ਹੋਇਆ, ਪਰ ਚਲੋ ਜਦੋਂ ਹੋਇਆ ਉਹਨਾਂ ਨੂੰ ਵੀ ਪਤਾ ਖਾ ਗਿਆ ਵੀ ਸ਼ਰਾਬ ਉੱਥੇ ਪਕੜੀ ਗਈ ਬੜੀ ਵੱਡੀ ਮਾਤਰਾ 'ਚ। ਉਹੀ ਪਾਰਟੀ ਜਿਹੜੀ ਅੱਜ ਵੱਡੇ ਵੱਡੇ ਦਾਅਵੇ ਕਰਦੀ ਸੀਗੀ ਅਤੇ ਉਹ ਕਹਿੰਦੀ ਸੀਗੀ ਵੀ ਅਸੀਂ ਨਸ਼ੇ ਦੇ ਖਿਲਾਫ ਹਾਂ, ਅਤੇ ਉਹੀ ਨਸ਼ਾ ਵੰਡ ਕੇ ਅੱਜ ਇਸ ਡੈਮੋਕ੍ਰੇਸੀ ਦੇ ਜਿਹੜੇ ਪਰਵ ਹੈ ਉਹਨੂੰ ਕਲੰਕਿਤ ਕਰ ਰਹੀ। ਪਰ ਦੇਰ ਰਾਤ ਨੂੰ ਇੱਕ ਵੱਡੇ ਹੋਟਲ 'ਤੇ ਵੀ ਕਾਰਵਾਈ ਹੋਈ ਇਸ ਚੀਜ਼ਾਂ ਨੂੰ ਲੈ ਕੇ। ਉਹ ਸਿਰਫ ਅਤੇ ਸਿਰਫ ਕੋਈ ਬੰਦਾ ਅਗਰ ਪਾਰਟੀ ਸਵਿਚ ਓਵਰ ਕਰਦਾ ਆ ਉਹਨੂੰ ਬਦਨਾਮ ਕਰਨ ਦਾ ਇੱਕ ਤਮਾਸ਼ਾ ਕਰਿਆ ਸੀਗਾ ਇਸ ਸਰਕਾਰ ਨੇ। ਸਰ ਅਸੀਂ ਲੱਗਦਾ ਕਿ ਕਿਤੇ ਨਾ ਕਿਤੇ ਪਿਛਲੀਆਂ ਜਿਹੜੀਆਂ ਕਾਫੀ ਅਪਰਾਧ ਦੀ ਤਹਿਤ ਵੋਟਿੰਗ ਹੋਈ ਹੈ ਕਾਫੀ ਘੱਟ ਪਰਸੈਂਟੇਜ ਰਹੀ ਹੈ, ਕਿ ਲੋਕਤੰਤਰ ਨੂੰ ਬਚਾਉਣ ਲਈ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਲੋੜ ਹੈਗੀ? ਮੈਂ ਉਹ ਪਹਿਲਾਂ ਹੀ ਕਹਿ ਚੁੱਕਿਆ ਤੁਹਾਨੂੰ ਵੀ 5 ਸਾਲ ਦਾ ਜਦੋਂ ਭਵਿੱਖ ਚੁਣਨਾ ਹੋਵੇ ਨਾ ਉਦੋਂ ਥੋੜ੍ਹੀ ਬਹੁਤ ਤਕਲੀਫ ਸਹਿਣੀ ਚਾਹੀਦੀ ਹੈ। ਇੱਥੇ ਇਲੈਕਸ਼ਨ ਕਮਿਸ਼ਨ ਨੇ ਬਹੁਤ ਬੜੀਆ ਇੰਤਜ਼ਾਮ ਕਰ ਰੱਖਿਆ, ਬਾਹਰ ਜਿਹੜੇ ਪਾਰਟੀਆਂ ਨੇ ਆਪਣੇ ਬੂਥ ਲਗਾਏ ਆ ਉਹਦੇ 'ਚ ਵੀ ਕੂਲਰ ਵੂਲਰ ਪੱਖੇ ਪੱਖੇ ਲੱਗੇ ਹੋਏ ਆ, ਤੁਸੀਂ ਦੇਖੋ ਸਾਰੇ ਟੈਂਟਸ ਲੱਗੇ ਆ, ਜੇ ਇੱਥੇ ਲਾਈਨ ਵੀ ਲੱਗ ਜਾਂਦੀ ਹੈ ਤਾਂ ਕਿਸੇ ਨੂੰ ਧੁੱਪ 'ਚ ਨਹੀਂ ਖੜਨਾ। ਸਰ ਅੱਜ ਅੱਗੇ ਨਾਲੋਂ ਮੌਸਮ ਲੱਗ ਰਿਹਾ ਦੇਸ਼ 'ਚ ਮਾਹੌਲ, ਮੈਨੂੰ ਤਾਂ ਬਦਲਾਅ ਵਾਲਾ ਲੱਗ। ਸਰ ਜਿਸ ਤਰ੍ਹਾਂ 70-72 ਸਾਲ ਦੀਆਂ ਮਹਿਲਾਵਾਂ ਜਾਂ ਬਜ਼ੁਰਗ ਵੀ ਜਿਹੜੇ ਨੇ ਆ ਰਹੇ ਨੇ ਅਸੀਂ ਦੇਖਿਆ, ਪਰ ਨੌਜਵਾਨ ਜਿਹੜੇ ਨੇ ਹਜੇ ਵੀ ਘੱਟ ਦਿਖ ਰਹੇ। ਇਹ ਸਹੀ ਹੈ ਵੀ ਹਾਲੇ ਤਾਂ ਜਿਹੜੇ ਬਜ਼ੁਰਗ ਨੇ ਨੌਜਵਾਨ ਥੋੜ੍ਹਾ ਜਿਹਾ ਉੱਠਣ 'ਚ ਅਤੇ ਕੁਤਾਹੀ ਕਰਦੇ ਆ, ਹੁਣ ਆਉਣ ਵਾਲਾ ਟਾਈਮ ਨੌਜਵਾਨਾਂ ਦਾ ਹੀ ਹੈ। ਬਜ਼ੁਰਗ ਸਵੇਰੇ ਸੈਰ 'ਤੇ ਨਿਕਲੇ, ਗੁਰਦੁਆਰਾ ਮੰਦਿਰ ਗਏ ਅਤੇ ਨਾਲ ਨਾਲ ਵੋਟ ਦਾ ਆਪਣਾ ਰਾਈਟ ਇਸਤੇਮਾਲ ਕਰਕੇ। ਸਰ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਅਤੇ ਉਹਨੂੰ ਹੋਰ ਲੁਧਿਆਣੇ ਦੇ ਵਿੱਚ ਕਿਸ ਤਰ੍ਹਾਂ ਦੇ ਅਸੰਤੁਸ਼ਟ ਹੋ? ਹਾਂ, ਸੰਤੋਸ਼ਜਨਕ। ਥੈਂਕ ਯੂ।